ਨਾਭਾ ਵਿਖੇ ਸ਼ਹੀਦ ਆਜ਼ਮ ਭਗਤ ਸਿੰਘ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ ਹੇਠ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਸ਼ਹੀਦ ਆਜ਼ਮ ਭਗਤ ਸਿੰਘ ਚੌਂਕ ਵਿਖੇ ਮਨਾਇਆ ਗਿਆ, ਜਿੱਥੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਸ ਪਾਸ ਲੋਕਾਂ ਨੂੰ ਜਾਗਰੂਕ ਕਰਨ ਨੂੰ ਲੈ ਕੇ ਸਹੁੰ ਵੀ ਚੁਕਾਈ ਗਈ। ਮੰਗ ਕਰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਉਹਨਾਂ ਦੀ ਛੁੱਟੀ ਵੀ ਹੋਣੀ ਹੈ ਅਤੇ ਉਹਨਾਂ ਨੂੰ ਸ਼ਹੀਦੀ ਦਰਜਾ ਦੇਣਾ ਚਾਹੀਦਾ ਜੋ ਕਿ ਪਾਕਿਸਤਾਨ ਦੇ ਵਿੱਚ ਦਿੱਤਾ ਗਿਆ ਅਤੇ ਆਪਣੇ ਇੰਡੀਆ ਦੇ ਵਿੱਚ ਸ਼ਹੀਦੀ ਦਾ ਦਰਜਾ ਅਜੇ ਤੱਕ ਭਗਤ ਸਿੰਘ ਨੂੰ ਨਹੀਂ ਦਿੱਤਾ ਗਿਆ। ਲੇਕਿਨ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਬਹੁਤ ਵੱਡੀ ਘਾਟ ਆ ਉਹਨਾਂ ਦੇ ਵਿੱਚ, ਨਹੀਂ ਉਹ ਇਸ ਪਾਸੇ ਚੱਲ ਰਹੀਆਂ। ਜਿਹੜੇ ਨੌਜਵਾਨ ਨੇ ਉਹਨੂੰ ਨਸ਼ਾ ਦੇ ਦਾਅ 'ਤੇ ਤੋਰਿਆ ਹੋਇਆ, ਲੇਕਿਨ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਇਹਨਾਂ ਨੇ ਨਸ਼ਿਆਂ ਦੇ ਰਾਹ 'ਤੇ ਨੌਜਵਾਨਾਂ ਨੂੰ ਤੋਰਤਾ, ਇਹ ਚੰਗੇ ਰਸਤੇ 'ਤੇ ਨੌਜਵਾਨਾਂ ਨੂੰ ਲਿਆਉਣਾ ਚਾਹੀਦਾ ਜੀ। ਇਹੀ ਭਗਤ ਸਿੰਘ ਦਾ ਨਾਰਾ ਹੋਏਗਾ, ਇਹੀ ਇਨਕਲਾਬ ਹੋਏਗਾ। ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।